ਪੁਲਿਸ ਬਿਊਰੋ ਰੇਂਜ ਬਠਿੰਡਾ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਜਿਹੜਾ ਅਸੀਂ ਰੇਡ ਕੀਤਾ ਅਤੇ ਇਸ ਰੇਡ ਦੇ ਦੌਰਾਨ ਦਰਸ਼ਨ ਸਿੰਘ ਜਿਹੜਾ ਫਾਰਮਾਸਿਸਟ ਹੈ, ਇੱਕ ਵਿਜੇ ਕੁਮਾਰ ਲੈਬ ਟੈਕਨੀਸ਼ੀਅਨ ਹੈ, ਇੱਕ ਤੇਜਿੰਦਰਪਾਲ ਸ਼ਰਮਾ ਐਫ ਐਲ ਓ ਹੈ, ਇਹ ਤਿੰਨੇ ਹਸਪਤਾਲ ਦੇ ਕਰਮਚਾਰੀ ਨੇ। ਇਹਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਦੇ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਇਹਨਾਂ ਦੀਆਂ ਗਤੀਵਿਧੀਆਂ ਨੂੰ ਅਸੀਂ ਵਾਚ ਰਹੇ ਸੀ। ਇਹਨਾਂ ਦੇ ਬਾਰੇ ਜਿਹੜੀ ਹੈ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਹੈ ਇਤਲਾਹ ਮਿਲੀ ਸੀ ਵੀ ਇਹ ਜਿਹੜੇ ਵਿਅਕਤੀ ਨੇ, ਜਿਹੜੇ ਵਿਅਕਤੀ ਇੱਥੇ ਡੋਪ ਟੈਸਟ ਕਰਾਉਣ ਲਈ ਆਉਂਦੇ ਨੇ, ਉਹਨਾਂ ਦੇ ਵਿੱਚੋਂ ਕਈ ਜਿਹੜੇ ਨਸ਼ਿਆਂ ਦੇ ਆਦੀ ਨੇ, ਉਹਨਾਂ ਦੇ ਜਿਹੜੇ ਟੈਸਟ ਨੇ ਉਹਨਾਂ ਨੂੰ ਜਿਹੜੇ ਨੇ ਨੈਗੇਟਿਵ ਇਹ ਕਰ ਦਿੰਦੇ ਨੇ, ਜਿਨ੍ਹਾਂ ਦਾ ਰਿਜ਼ਲਟ ਪੋਜ਼ਿਟਿਵ ਵੀ ਹੁੰਦਾ, ਪੈਸੇ ਲੈ ਕੇ ਨੈਗੇਟਿਵ ਕਰ ਦਿੰਦੇ ਨੇ। ਜਿਹੜੇ ਇਹਦੇ ਨਾਲ ਕਈ ਜਿਹੜੇ ਨਸ਼ੇੜੀ ਵਿਅਕਤੀ ਨੇ ਉਹ ਵੀ ਜਿਹੜਾ ਅਸਲਾ ਲਾਇਸੈਂਸ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਦੇ ਕਰਮਚਾਰੀਆਂ ਦਾ ਅਤੇ ਹੋਰ ਜਿਹੜੇ ਕਰਮਚਾਰੀ ਨੇ ਉਹਨਾਂ ਦਾ ਡੋਪ ਟੈਸਟ ਕੀਤਾ ਜਾਂਦਾ ਤਾਂ ਜੋ ਪਤਾ ਲੱਗ ਸਕੇ ਵੀ ਉਹਨਾਂ ਦੇ ਵਿੱਚੋਂ ਕਿਹੜੇ ਨਸ਼ੇ ਦੇ ਆਦੀ ਨੇ, ਤਾਂ ਜੋ ਉਹਨਾਂ ਦਾ ਸੁਧਾਰ ਕੀਤਾ ਜਾ ਸਕੇ। ਲੇਕਿਨ ਇਹਨਾਂ ਦੀ ਇਸ ਕਾਰਵਾਈ ਦੇ ਕਰਕੇ ਜਿਹੜਾ ਉਹ ਸਰਕਾਰ ਦੀ ਉਹਨਾਂ ਹਦਾਇਤਾਂ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਹੈ। ਹਰ ਸਮਾਜ ਦੇ ਵਿੱਚ ਜਿਹੜੀ ਇਹ ਬਿਮਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਇੱਕ ਇਹਨਾਂ ਦੇ ਬਾਰੇ ਹੋਰ ਸਾਨੂੰ ਇਤਲਾਹ ਮਿਲੀ ਸੀ ਬਈ ਜਿਹੜੇ ਇੱਥੇ ਆਯੁਸ਼ਮਾਨ ਜਿਹੜੀ ਸਿਹਤ ਬੀਮਾ ਯੋਜਨਾ ਹੈ ਉਹਦੇ ਵਿੱਚ ਵੀ ਇਹ ਪੈਸੇ ਲੈ ਕੇ ਲੋਕਾਂ ਨੂੰ, ਮਰੀਜ਼ਾਂ ਨੂੰ ਰੈਫਰ ਕਰਾ ਰਹੇ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ। ਅਤੇ ਅਗਲਾ ਜਿਹੜਾ ਹੈਗਾ ਇਹਨਾਂ ਦੇ ਕੰਮ ਕਰਦੇ ਸੀ ਇਹ ਬਈ ਜਿਹੜਾ ਲੋਕ ਜਿਹੜੇ ਕੁਛ ਲੜਾਈ ਝਗੜੇ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਕੋਲ ਐੱਮ ਐੱਲ ਆਰਸ ਦੇ ਵਿੱਚ ਹੇਰਾਫੇਰੀ ਕਰਕੇ ਜਿਹੜੀਆਂ ਨੇ ਉਹਨਾਂ ਦੀਆਂ ਜਿਹੜੀਆਂ ਸੱਟਾਂ ਨੇ ਉਹਦੀ ਨੇਚਰ ਬਦਲਾ ਦਿੰਦੇ ਨੇ, ਜਿਹਦੇ ਨਾਲ ਕਈ ਵਿਅਕਤੀਆਂ ਨੂੰ ਨਜਾਇਜ਼ ਤੌਰ ਦੇ ਉੱਤੇ ਜਿਹੜਾ ਜੇਲ੍ਹਾਂ ਦੇ ਵਿੱਚ ਰੁਲਣਾ ਪੈਂਦਾ ਹੈ ਅਤੇ ਕਈਆਂ ਦੇ ਖਿਲਾਫ ਜਿਹੜਾ ਇਹ ਜਿਹੜਾ ਕ੍ਰਾਈਮ ਹੁੰਦਾ ਉਹ ਮੁਕੱਦਮਾ ਬਣਨੇ ਨਹੀਂ ਦਿੰਦੇ ਹੈਗੇ। ਇਸ ਤੋਂ ਇਲਾਵਾ ਜਿਹੜਾ ਹੈ ਇਹਨਾਂ ਦਾ ਅਸੀਂ ਦੇਖਿਆ ਹੈ ਵੀ ਅੰਗਹੀਨ ਵਿਅਕਤੀਆਂ ਦੇ ਸੰਬੰਧੀ ਜਿਹੜਾ ਹੈਗਾ ਫਰਜ਼ੀ ਸਰਟੀਫਿਕੇਟ ਜਾਰੀ ਕਰ ਰਹੇ ਨੇ। ਕੁਛ ਸਾਡੇ ਧਿਆਨ ਦੇ ਵਿੱਚ ਆਇਆ ਹੈ ਵੀ ਉਹਨਾਂ ਦੇ ਉੱਤੋਂ ਮੋਟੀਆਂ ਰਕਮਾਂ ਲੈ ਕੇ ਉਹ ਫਰਜ਼ੀ ਜਿਹੜਾ ਅੰਗਹੀਨ ਦਾ ਫਰਜ਼ੀ ਸਰਟੀਫਿਕੇਟ ਜਾਰੀ ਕਰ ਰਹੇ ਨੇ, ਜਿਹਦੇ ਕਰਕੇ ਉਹ ਜਿਹੜੇ ਆਪਣੇ ਨੌਕਰੀ ਦੇ ਵਿੱਚ ਲੋਕ ਫਾਇਦਾ ਉਠਾ ਲੈਂਦੇ ਨੇ ਜਾਂ ਹੋਰ